ਨੈਸ਼ਨਲ ਕਬੱਡੀ ਦੇ ਮੁਕਾਬਲੇ ਪਹਿਲੀ ਵਾਰ ਖਾਲਸਾ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋ ਰਹੇ ਹੈ। ਮੈਂ ਇਹਦੇ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ, ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਉਹਨਾਂ ਦਾ ਬੜਾ ਧੰਨਵਾਦੀ ਹਾਂ। ਔਰ ਅੱਜ ਦੇ ਇਸ ਮੁਬਾਰਕ ਮੌਕੇ ਤੇ ਜਿਤਨੇ ਖਿਡਾਰੀ ਆਏ ਨੇ, ਖੇਡ ਪ੍ਰਮੋਟਰ ਆਏ ਨੇ, ਦਰਸ਼ਕ ਆਏ ਨੇ, ਉਹਨਾਂ ਦਾ ਸਾਰਿਆਂ ਦਾ ਧੰਨਵਾਦੀ ਹੈ। ਉਹਨਾਂ ਨੂੰ ਜੀ ਆਇਆਂ ਕਹਿਣਾ ਔਰ ਆਪਣੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਵੀ ਧੰਨਵਾਦੀ ਹੈ ਜਿਨ੍ਹਾਂ ਨੇ ਬਹੁਤ ਖੂਬਸੂਰਤ ਬੰਦੋਬਸਤ ਕੀਤਾ। ਸਰ, ਤੁਸੀਂ ਆਪ ਵੀ ਮੈਚ ਦਾ ਲੁਤਫ ਲਿਆ, ਕਿੰਨਾ ਕੁ ਜਿਹੜਾ ਕਰਾਊਡ ਦੇ ਵਿੱਚ ਜੋਸ਼ ਹੈ ਜੀ ਪੂਰੇ ਮੈਚ ਨੂੰ ਲੈ ਕੇ? ਜੋਸ਼ ਤਾਂ ਤੁਸੀਂ ਦੇਖ ਰਹੇ ਸੀ ਕਿ ਜੋਸ਼ ਤਾਂ ਮੈਨੂੰ ਇਦਾਂ ਲੱਗਦਾ ਸੀ ਕਿ ਜਿਹੜੇ ਖੇਡਣ ਵਾਲੇ ਆ ਉਹਨਾਂ ਨਾਲੋਂ ਵੀ ਜ਼ਿਆਦਾ ਦਰਸ਼ਕਾਂ ਦੇ ਵਿੱਚ। ਅਗਰ ਆਪਣੇ ਕੈਮਰੇ ਘੁਮਾਓਗੇ ਤੇ ਲੋਕ ਤੇ ਬਾਹਰ ਦੇਖ ਪਏ ਤੇ ਆਈ ਐਮ ਸੋ ਐਕਸਾਈਟਿਡ ਕਿ ਲੋਕਾਂ ਦੀ ਕਿੰਨੀ ਤਾਦਾਦ ਹੈਗੀ, ਤੇ ਮੈਂ SDM ਮੈਡਮ ਨੂੰ ਇਹ ਵੀ ਰਿਕੁਐਸਟ ਕਰਾਂਗਾ ਕਿ ਦੇਖੋ ਕਿ ਜ਼ਿਆਦਾ ਹੀ ਨਾ ਅੱਗੇ ਲੋਕ ਆ ਜਾਣ ਕਿ ਕੋਈ ਹਾਦਸਾ ਹੀ ਨਾ ਹੋ ਜਾਵੇ। ਬਾਕੀ ਤੁਸੀਂ ਦੇਖਿਆ ਅੰਦਰ ਪੂਰੇ ਅਰੇਂਜਮੈਂਟ ਹੋਏ ਹੈਗੇ ਔਰ ਬਹੁਤ ਐਕਸਾਈਟਮੈਂਟ ਹੈ ਕਿਉਂਕਿ ਇੱਥੇ ਜਦੋਂ ਦਾ ਇਹ ਸਟੇਡੀਅਮ ਬਣਿਆ ਹੈਗਾ ਉਸਦੇ ਬਾਅਦ ਕੋਈ ਇਸ ਲੈਵਲ ਦਾ ਪਹਿਲਾ ਮੈਚ ਹੋ ਰਿਹਾ ਹੈ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਵੀ ਮੁਬਾਰਕਬਾਦ ਦੇਣਾ ਚਾਹੁੰਦਾ ਕਿ ਤੁਹਾਡੀ ਜਿਹੜੀ ਮੀਡੀਆ ਦੇ ਥਰੂ ਸਾਰੇ ਲੋਕਾਂ ਨੂੰ ਪਤਾ ਲੱਗਿਆ ਤਾਂ ਹੀ ਇੰਨਾ ਅੱਛਾ ਰਿਸਪੋਂਸ ਮਿਲਿਆ। ਪਹਿਲਾਂ ਤਾਂ ਮੈਂ ਬਹੁਤ ਆਪਣੇ ਆਪ ਨੂੰ ਸਾਰੀ ਟੀਮ ਨੂੰ ਭਾਗਾਂ ਵਾਲਾ ਸਮਝਦਾ ਹਾਂ ਵੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ 550 ਸਾਲਾਂ 'ਤੇ ਅਸੀਂ ਆਏ ਹਾਂ ਇੱਥੇ ਅਤੇ ਮੈਂ ਸਾਰੀ ਸਿੱਖ ਸੰਗਤ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਅਤੇ ਬਾਕੀ ਸਾਡੀ ਟੀਮ ਹੈ ਜਿਹੜੀ ਸੈਮੀਫਾਈਨਲ 'ਚ ਉੱਪੜੀ ਹੈ, ਮਿਸ਼ਨ ਮਗਰਲੇ 3 ਮੈਚ ਅਸੀਂ ਜਿੱਤ ਕੇ ਸੈਮੀਫਾਈਨਲ 'ਚ ਉੱਪੜੇ ਹਾਂ ਅਸੀਂ ਅਤੇ ਉਮੀਦ ਆ ਵੀ ਸਾਨੂੰ ਜਿਹੜੀ ਟੀਮ ਹੈ ਸਾਡੀ ਬਹੁਤ ਵਧੀਆ ਪਰਫਾਰਮੈਂਸ ਦਊਗੀ ਅਤੇ ਪ੍ਰਮਾਤਮਾ ਮੁਹਰੇ ਅਰਦਾਸ ਕਰਦੇ ਹਾਂ ਯਥਾਰਥ ਉਹਦੇ ਹੱਥ ਆ ਪਰ ਸਾਡਾ ਮੈਚ ਆ ਜਿਹੜਾ ਬਹੁਤ ਫਸਵਾਂ ਮੈਚ ਹੋਊਗਾ। ਅਰੇਂਜਮੈਂਟ ਸਾਨੂੰ ਬਹੁਤ ਵਧੀਆ ਲੱਗੇ ਆ, ਸਾਰਾ ਕੁਛ ਵਧੀਆ ਚੱਲ ਰਿਹਾ ਆ ਅਤੇ ਮੈਂ ਤੁਹਾਨੂੰ ਉਹੀ ਫਿਰ ਦੁਬਾਰਾ ਗੱਲ ਦੁਹਰਾਉਣਾ ਵੀ ਅਸੀਂ ਤਾਂ ਆਪਣੇ ਆਪ ਨੂੰ ਕਿਸਮਤ ਵਾਲੇ ਸਮਝਦੇ ਹਾਂ ਵੀ ਆ ਅੱਜ ਵੀ ਅਸੀਂ ਆਪਣੇ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਆ ਗੁਰੂ ਨਾਨਕ ਦੇਵ ਜੀ ਤੋਂ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਅੱਜ ਅਸੀਂ ਇੱਥੇ ਅਨੰਦਪੁਰ ਸਾਹਿਬ ਆਏ ਹਾਂ ਵੀ ਦਰਸ਼ਨ ਵੀ ਕਰਾਂਗੇ ਪਰਮਾਤਮਾ ਦੇ ਅਤੇ ਉਹਦੇ ਮੁਹਰੇ ਇਹੀ ਅਰਦਾਸ ਕਰਦੇ ਹਾਂ ਵੀ ਸੱਟ ਪੇਟ ਤੋਂ ਬਚਾਇਓ, ਜਿਹਦੀ ਮਰਜ਼ੀ ਜਿੱਤ ਹੋਵੇ ਜਿੱਤ ਕਬੱਡੀ ਦੀ ਹੋਊਗੀ। ਤਿਆਰੀਆਂ ਪੂਰੇ ਜ਼ੋਰਾਂ ਦੇ ਆ, ਸਾਡੇ ਪੂਰੇ ਹੌਸਲੇ ਆ, ਸਾਡਾ ਸੁਪਰ ਸਟਾਰ ਸਾਡਾ ਵੱਡਾ ਵੀਰ ਬੰਗਾ ਮੱਠਾਪੁਰੀ ਆ ਵੀ ਉਹ ਵੀ ਸਾਡੇ ਸਪੈਸ਼ਲ ਪਹੁੰਚ ਚੁੱਕੇ ਆ, ਇਹਦੇ ਨਾਲ ਸਾਡਾ ਟੀਮ ਦਾ ਮਨੋਬਲ ਸਾਡਾ ਹੌਸਲਾ ਬਹੁਤ ਵਧ ਗਿਆ ਆ ਅਤੇ ਬਾਬੇ ਦੀ ਕਿਰਪਾ ਜਿੱਤਾਂਗੇ ਜੀ ਮੈਚ। ਬਸ ਭਾਈ ਜਾਫੀ ਵੀ ਆ ਗਿਆ ਅਤੇ ਬਸ ਟੀਮ ਵਰਕ ਹੋਊਗਾ ਅਤੇ ਬਾਕੀ ਜਿੱਦਾਂ ਉਹ ਚੱਲਦਾ ਮੈਚ ਉਸ ਹਿਸਾਬ ਨਾਲ ਅਸੀਂ ਕਰੀ ਜਾਣਾ। ਫਾਈਨਲ ਭਾਜੀ ਜੋ ਉਹ ਬਾਅਦ ਹੀ ਗੱਲ ਆ ਪਰ ਅਸੀਂ ਅਸੀਂ ਸੈਮੀਫਾਈਨਲ ਜਿੱਤਾਂਗੇ। ਹਾਂਜੀ ਜਿੱਦਾਂ ਬਾਬੇ ਕਿਰਪਾ ਪਿੱਛੇ ਇਰਾਨ ਦਾ ਇੰਗਲੈਂਡ ਦਾ ਹੋਏ ਸੈਮੀ ਉਹੀ ਮੈਚ ਹੋਊਗਾ ਦੇਖੂਗਾ ਮਿਲੂਗਾ। ਮੁੰਡਿਆਂ ਨੇ ਕਾਫੀ ਮੈਚ ਖੇਡੇ ਨੇ ਸੱਟ ਚੋਟ ਤਾਂ ਨਹੀਂ ਕਿਤੇ ਠੀਕ ਨੇ ਮੁੰਡੇ। ਪੂਰੀ ਤਿਆਰੀ ਹੈ ਸਾਡੀ ਟੀਮ ਦੀ ਐਂਡ ਪ੍ਰੋਪਰ ਟੀਮ ਸਾਰੀ ਖੇਡੂਗੀ, ਵਧੀਆ ਮੈਚ ਵੀ ਕਰਾਂਗੇ ਅਤੇ ਖਾਸ ਤੌਰ 'ਤੇ ਜੇਕਰ ਸੈਮੀਫਾਈਨਲ ਦੀ ਗੱਲ ਕਰੀਏ ਲੰਬਾ ਕਾਰਵਾਂ ਜਿਹੜਾ ਸੀ ਪਹਿਲੀ ਤਰੀਕ ਨੂੰ ਮੈਚ ਸ਼ੁਰੂ ਹੋਏ ਨੇ, ਉਸ ਤੋਂ ਬਾਅਦ ਹੁਣ ਫਾਈਨਲ ਪਾਸੋਂ ਡੇਰਾ ਬਾਬਾ ਨਾਨਕ ਅਤੇ ਬਾਕੀ ਦੀਆਂ ਟੀਮਾਂ ਵੀ ਮੌਜੂਦ ਨੇ। ਭਾਰਤ ਦੀ ਟੀਮ ਨੂੰ ਤੁਸੀਂ ਕੀ ਸੋਚਦੇ ਹੋ ਜਿੱਤ ਪ੍ਰਾਪਤ ਹੋਊਗੀ? ਹਾਂਜੀ ਭਾਅ ਜੀ, ਭਾਰਤ ਦੀ ਟੀਮ ਪੂਰੀ ਮਜ਼ਬੂਤ ਆ ਵਰਲਡ ਕੱਪ ਪੂਰਾ। ਖਾਸ ਪ੍ਰੈਕਟਿਸ ਕੀ ਰਹਿਣ ਵਾਲੀ ਹੈ ਇਸ ਮੈਚ ਦੇ ਵਿੱਚ? ਖਾਸ ਭਾਅ ਜੀ ਸਾਡੇ ਸਾਰੇ ਪਲੇਅਰ ਆਲ ਗੋਡੇ ਐਕਸਪੀਰੀਅੰਸ ਪਲੇਅਰ ਆ ਅਤੇ ਦੂਜੀ ਟੀਮ ਵੀ ਵਧੀਆ ਵਾ ਪਰ ਅਸੀਂ ਉਹਨੂੰ ਕਮਜ਼ੋਰ ਸਮਝ ਕੇ ਨਹੀਂ ਮੰਨਾਂਗੇ, ਪੂਰਾ ਯੂਜ਼ ਮਾਰ ਕੇ ਮੈਚ ਵੀ ਨਹੀਂ ਕਰਾਂਗੇ। ਠੀਕ ਹੈ।
ਜੇ ਅਸੀਂ ਗਰਾਊਂਡ ਦੀ ਗੱਲ ਕਰੀਏ ਤੇ ਗਰਾਊਂਡ ਬਹੁਤ ਹੀ ਵਧੀਆ ਬਣਾਇਆ ਗਿਆ ਹੈਗਾ ਆ। ਦੋਨਾਂ ਰੇਡਰਸ ਦੇ ਜਿਹੜੇ ਕੈਚਰਸ ਹੈਗੇ ਨਾ, ਦੋਨਾਂ ਨੂੰ ਇਹਦਾ ਬੈਨੀਫਿਟ ਮਿਲੂਗਾ। ਇਹ ਜ਼ਿਆਦਾ ਸਲਿਪਰੀ ਗਰਾਊਂਡ ਨਹੀਂ ਹੈ, ਇਹ ਵੀ ਨਹੀਂ ਹੈ ਕਿ ਪੈਰ ਖੁੱਭਦਾ ਹੈਗਾ ਗਰਾਊਂਡ ਦੇ ਵਿੱਚ, ਤੋ ਇਹਨਾਂ ਦੋਨਾਂ ਨੂੰ ਬੈਨੀਫਿਟ ਹੋਊਗਾ ਔਰ ਖੇਡਣ ਦੇ ਗਰਾਊਂਡ ਬਿਲਕੁਲ ਪ੍ਰਤੀਕੂਲ ਬਣਾਇਆ ਗਿਆ। ਕਰਾਊਡ ਦੀ ਗੱਲ ਕੀਤੀ ਜਾਵੇ ਸਰ, ਕਿਸ ਤਰ੍ਹਾਂ ਦਾ ਰਿਸਪੌਂਸ? ਕਰਾਊਡ ਮੈਨੂੰ ਲੱਗਦਾ ਹੈ ਕਿ ਇੱਥੇ ਜਿਹੜਾ ਆਪਣਾ ਰੋਪੜ ਹੈ, ਖਾਸ ਕਰਕੇ ਆਨੰਦਪੁਰ ਸਾਹਿਬ ਬੈਲਟ ਹੈਗੀ ਹੈ, ਇੱਥੋਂ ਦੇ ਕਾਫੀ ਪਲੇਅਰ ਵੀ ਸਾਡੀਆਂ ਟੀਮਾਂ ਦੇ ਵਿੱਚ ਖੇਡਦੇ ਆ। ਦੈਟ ਮੀਨਸ ਕਿ ਇੱਥੇ ਰੁਝਾਨ ਆ, ਮੈਨੂੰ ਉਮੀਦ ਹੈ ਕਿ ਇੱਥੇ 10,000 ਦੇ ਕਰੀਬ ਕਰਾਊਡ ਹੋਊਗਾ। 3 ਸਾਲ ਬਾਅਦ ਜਿਹੜਾ ਕਬੱਡੀ ਦਾ ਟੂਰਨਾਮੈਂਟ ਪੰਜਾਬ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਹੈ, ਜਿਹੜੀ ਪ੍ਰਮੋਸ਼ਨ ਕੀਤੀ ਜਾ ਰਹੀ, ਕਿਸ ਤਰ੍ਹਾਂ ਤੁਹਾਨੂੰ ਦੇਖਣ ਨੂੰ ਲੱਗਿਆ ਐਜ਼ ਜਿਹੜਾ ਤੁਸੀਂ ਡਿਪਟੀ ਡਾਇਰੈਕਟਰ ਹੋ, ਕੀ ਫੀਲ ਕੀਤਾ ਤੁਸੀਂ ਇਹਨਾਂ 10 ਦਿਨਾਂ ਦੇ ਵਿੱਚ, ਕਿਸ ਤਰ੍ਹਾਂ ਦਾ ਕਰਾਊਡ ਦੇ ਵਿੱਚ ਰੁਝਾਨ? ਇਹਦੇ ਵਿੱਚ ਅਕੋਰਡਿੰਗਲੀ ਠੀਕ ਹੀ ਸੀਗਾ ਰੁਝਾਨ, 2-3 ਜਗ੍ਹਾ ਤੇ ਤਾਂ ਬਹੁਤ ਹੀ ਅੱਛਾ ਮਿਲਿਆ ਸਾਨੂੰ। ਜਿੱਦਾਂ ਕਿ ਆਪਣਾ ਗੁਰੂ ਹਰ ਸਾਹਿਬ ਫਿਰੋਜ਼ਪੁਰ ਦੇ ਵਿੱਚ 30,000 ਦੇ ਕਰੀਬ ਲੋਕ ਸੀਗੇ, ਤੇ ਇਹਦੇ ਬਾਅਦ ਜਿਹੜਾ ਹੈਗਾ ਅੰਮ੍ਰਿਤਸਰ ਵੀ ਠੀਕ ਸੀਗਾ ਐਂਡ ਆਪਣਾ ਬਠਿੰਡਾ ਵੀ ਬਹੁਤ ਅੱਛਾ ਸੀਗਾ। ਤੋ ਇੱਥੇ ਰੋਪੜ ਮੇਰਾ ਖਿਆਲ ਹੈ ਕਿ ਬਹੁਤ ਅੱਛਾ ਹੋਊਗਾ ਰਿਸਪੌਂਸ, ਜੇ ਤੱਕ ਹੁਣ ਤੱਕ ਫੀਲ ਹੋ ਰਿਹਾ ਕਿ ਕਾਫੀ ਲੋਕ ਆ ਚੁੱਕੇ। ਡੇ ਆਫਟਰ ਟੁਮਾਰੋ ਫਾਈਨਲ ਮੈਚਸ ਹੋਣੇ ਨੇ ਜੀ, ਡੇਰਾ ਬਾਬਾ ਨਾਨਕ, ਕੀ ਕਹਿਣਾ ਚਾਹੁੰਗੇ ਲੋਕਾਂ ਨੂੰ ਅਸੀਂ ਫਾਈਨਲ ਮੈਚ ਦੇਖੀਏ? ਮੈਂ ਤਾਂ ਇਹੀ ਕਹੂੰਗਾ ਜੀ, ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਜਿੰਨੀ ਲੋਕਾਂ ਦੀ ਜ਼ਰੂਰਤ ਹੈ, ਆਡੀਅੰਸ ਦੀ ਜ਼ਰੂਰਤ ਹੈ, ਉਹਨਾਂ ਨੂੰ ਆਉਣਾ ਚਾਹੀਦਾ ਹੈ। ਉਹਦੇ ਨਾਲ ਖਿਡਾਰੀ ਨੂੰ ਇੱਕ ਮਤਲਬ ਬੂਸਟ ਮਿਲਦਾ ਆ ਵੀ ਜਿੰਨੀ ਆਡੀਅੰਸ ਹੋਊਗੀ, ਜਿੰਨੇ ਦਰਸ਼ਕ ਹੋਣਗੇ, ਉਹਨਾਂ ਨੂੰ ਉਨਾ ਉਤਸ਼ਾਹ ਮਿਲਦਾ ਆ ਵੀ ਸਾਰਿਆਂ ਨੂੰ ਆਉਣਾ ਚਾਹੀਦਾ ਆ ਔਰ ਖੇਡਾਂ ਨੂੰ ਦੇਖਣਾ ਚਾਹੀਦਾ, ਕੋਈ ਵੀ ਖੇਡ ਹੋਵੇ, ਚਾਹੇ ਉਹ ਕਬੱਡੀ ਆ, ਚਾਹੇ ਉਹ ਬੈਡਮਿੰਟਨ ਆ ਜਾਂ ਐਥਲੈਟਿਕਸ ਆ, ਔਰ ਹਰ ਬੰਦੇ ਨੂੰ ਸ਼ਾਮਲ ਹੋਣਾ ਚਾਹੀਦਾ। ਜ਼ਿਆਦਾ ਤਿਆਰੀਆਂ ਹੋਈਆਂ, ਸਾਰੇ ਇਕੱਠੇ ਮੁੰਡੇ ਹੋਏ, ਰਾਤੀ ਬੈਠੇ ਸੀ ਆਪਾਂ ਵਿੱਚ ਗੱਲ ਕਰਦੇ ਸੀ ਆਪਾਂ ਕਿੱਦਾਂ ਮੈਚ ਕਰਨਾ, ਆਪਾਂ ਵਧੀਆ ਦੇਖਾਉਣਾ ਮੰਗਦੇ ਅੱਜ ਆਪਣੀ ਫੁੱਲ ਤਿਆਰੀ ਆ ਅੱਜ ਮੈਚ। ਆਪਣਾ ਆਪਣਾ ਹੌਸਲਾ ਲਾ ਕੇ ਮੈਚ ਵਧੀਆ ਖੇਲਣਾ, ਆਪਾਂ ਟਰਾਈ ਕਰਨਾ, ਆਪਣਾ ਕਿੰਨਾ ਹੁੰਦਾ ਸਟਰਗਲ ਟਰਾਈ ਹੁੰਦਾ ਆ। ਬਾਬੇ ਦੇ ਹੱਥ ਚ ਸਾਡਾ ਪ੍ਰੋਮੋ, ਵੀ ਗੋਇੰਗ ਟੂ ਟ੍ਰਾਈ ਟੂ ਡੂ ਏਵਰੀਥਿੰਗ, ਦੈਟਸ ਆਲ ਵੀ ਕੈਨ ਡੂ, ਦੈਟਸ ਵੀ ਗੋਇੰਗ ਟੂ ਟ੍ਰਾਈ ਟੂ ਡੂ ਟੁਡੇ, ਇਸ ਟ੍ਰਾਈ ਟ੍ਰਾਈ ਟ੍ਰਾਈ। ਖਾਸ ਤੌਰ ਤੇ ਅਨੰਦਪੁਰ ਸਾਹਿਬ ਦੇ ਵਿੱਚ ਖਾਲਸੇ ਦੀ ਜਨਮਭੂਮੀ ਤੇ ਮੈਚ ਹੋ ਰਿਹਾ, ਕੀ ਕਹਿਣਾ ਚਾਹੁੰਦੇ? ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ, ਐਂਡ ਥੈਂਕ ਯੂ ਟੂ ਪੀਟੀਸੀ ਐਵਰੀਬਾਡੀ ਦੈਟ ਇਸ ਵਾਚਿੰਗ ਟੁਡੇ, ਥੈਂਕ ਯੂ ਫੈਨਸ, ਆਈ ਆਲਸੋ ਵਾਂਟ ਟੂ ਥੈਂਕ ਮਾਈ ਫੈਮਿਲੀ ਦੈਟਸ ਬੈਕ ਇਨ ਦ ਸਟੇਟਸ ਸਪੋਰਟਿੰਗ ਮੀ ਟੂ ਪਲੇ ਟੁਡੇ, ਐਂਡ ਵਿਦਆਊਟ ਦੇਮ, ਵਿਦਆਊਟ ਮਾਈ ਫੈਮਿਲੀ ਪਲੇਇੰਗ ਸਪੋਰਟਿੰਗ ਮੀ, ਆਈ ਕੈਨਟ ਪਲੇ ਕਬੱਡੀ, ਸੋ ਆਈ ਵਾਂਟ ਟੂ ਥੈਂਕ ਐਵਰੀਬਾਡੀ ਦਿਸ ਦਿਸ ਬੀਨ ਆਈ ਬੀਨ ਮਿਸਿੰਗ ਮਾਈ ਫੈਮਿਲੀ ਅ ਲੋਟ, ਫੋਨ ਕਾਲਸ ਆਰ ਕਮਿੰਗ, ਯਾ। ਪਹਿਲਾਂ ਤਾਂ ਸਾਰੇ ਹੀ ਜਿੰਨੇ ਵੀ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ਦੀਆਂ ਸਾਰਿਆਂ ਨੂੰ ਵਧਾਈਆਂ, ਅਤੇ ਮੈਚ ਅੱਜ ਸਾਡਾ ਬੜਾ ਟਫ ਹੋਣਾ, ਅਤੇ ਸਾਰੇ ਅਸੀਂ ਬੜੇ ਐਕਸਾਈਟਡ ਹਾਂ ਕਿ ਇੰਗਲੈਂਡ ਦੀ ਟੀਮ ਵੀ ਬੜੀ ਵਧੀਆ, ਸੋ ਮੈਚ ਬਹੁਤ ਟਫ ਹੋਣਾ। ਖਾਸ ਤੌਰ 550 ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਹੈ। ਐਕਚੁਲੀ ਮੇਰਾ ਪਿੰਡ ਆਨੰਦਪੁਰ ਸਾਹਿਬ ਤੋਂ ਬਾਹਲੀ ਦੂਰ ਨਹੀਂ, ਅਤੇ ਮੈਂ ਤਾਂ ਇੱਥੇ ਮਤਲਬ ਇੱਥੇ ਆਉਂਦੇ ਹੀ ਰਹਿੰਦੇ, ਪਹਿਲਾਂ ਵੀ ਹੁਣ ਮੈਂ ਮੱਥਾ ਟੇਕ ਕੇ ਆਇਆ, ਮੈਂ ਪਹਿਲਾਂ ਆਇਆ ਸੀ, ਅਤੇ ਮਤਲਬ ਇੱਥੋਂ ਖਾਲਸੇ ਦੀ ਸਿਰਜਣਾ ਹੋਈ ਹੈ, ਅਤੇ ਇੱਥੇ ਤਾਂ ਮਤਲਬ ਜੋ ਵੀ ਤੁਸੀਂ ਅਰਦਾਸ ਕਰੋ ਪੂਰੀ ਹੁੰਦੀ ਹੈ। ਕੀ ਐਕਸਪੈਕਟੇਸ਼ਨ ਹੈ, ਕੀ ਅਰਦਾਸ ਕੀਤੀ ਫਿਰ ਤੁਸੀਂ? ਅਰਦਾਸ ਕਰਕੇ ਆਇਆ ਵੀ ਮਹਾਰਾਜ ਤੋਂ ਸੱਟ ਪੇਟ ਤੋਂ ਸਾਰੇ ਪਲੇਅਰਾਂ ਨੂੰ ਬਚਾ ਕੇ ਅਤੇ ਜਿੱਤ ਬਖਸ਼ਿਓ, ਅਤੇ ਹੋਪਫੁਲੀ ਸਾਡੀ ਟੀਮ ਸਾਰੀ ਵਧੀਆ, ਸਾਰਿਆਂ ਦਾ ਕੰਬੀਨੇਸ਼ਨ ਹੈਗਾ, ਅਤੇ ਜਿੱਤਾਂਗੇ ਮੈਚ।
ਪੰਜਾਬੀ ਮੀਡੀਆ ਟੀਵੀ NRI ਸਪੋਰਟਸ ਤੇ ਆਉਣ ਲਈ ਤੁਹਾਡਾ ਧੰਨਵਾਦ। ਜੇਕਰ ਤੁਹਾਨੂੰ ਸਾਡੀ ਕੋਸ਼ਿਸ਼ ਚੰਗੀ ਲੱਗੀ ਤਾਂ ਸਾਡੇ ਚੈਨਲ ਦੇ ਟੀਵੀ NRI ਸਪੋਰਟਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ। ਤੇ ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਲਾਈਕ ਜ਼ਰੂਰ ਕਰੋ ਤਾਂ ਜੋ ਸਾਡੀ ਹਰ ਇੱਕ ਵੀਡੀਓ ਹਰ ਇੱਕ ਅਪਡੇਟ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੇ।